ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀ ਟੀਵੀ ਤੇ ਮਾਮਲਾ ਸਾਹਮਣੇ ਆ ਰਿਹਾ ਮੈਰੀਟੋਰੀਏ ਸਕੂਲ ਕਾਬਦਾ ਤੋਂ ਜਿੱਥੇ ਮੁਲਾਜ਼ਮਾਂ ਦੇ ਨਾਲ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆ ਰਿਹਾ ਤੇ ਮੁਲਾਜ਼ਮਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਸਕੂਲ ਮੈਨੇਜਮੈਂਟ ਦੇ ਖਿਲਾਫ ਅਤੇ ਕਿਹਾ ਜਾ ਰਿਹਾ ਕਿ ਮੈਨੇਜਮੈਂਟ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਧੱਕੇਸ਼ਾਹੀ ਨਾਲ ਸਕੂਲ ਦੇ ਵਿੱਚੋਂ ਨਾਮ ਕੱਟਿਆ ਜਾ ਰਿਹਾ ਹੈ ਕਰਦਿਆਂ ਗੱਲ ਕੀ ਹੈ ਮਾਮਲਾ ਸਾਰਾ ਕਿਉਂ ਕੀਤੀ ਜਾ ਰਹੀ ਹੈ ਨਾਰੇਬਾਜ਼ੀ ਮੈਨੂੰ ਸਿੰਦਰਪਾਲ ਆ ਜੀ ਅੱਜ ਕੀ ਮਾਮਲਾ ਹੈ ਤੁਸੀਂ ਕਿਸੇ ਵਜ੍ਹਾ ਤੇ ਅਸੀਂ ਮੈਂ ਬਿਮਾਰ ਹੋ ਗਈ ਸੀ ਜੀ 11 ਐਬਸੈਂਟਾਂ ਹੋ ਗਈਆਂ ਮੇਰੀਆਂ ਮੈਨੂੰ 3 ਦਿਨ ਹੋ ਗਏ ਗੇਟ ਤੋਂ ਆ ਕੇ ਮੁੜਦੀ ਨੂੰ ਇਹਨਾਂ ਨੇ ਮੈਨੂੰ ਆਊਟ ਕਰ ਦਿੱਤਾ ਗੇਟ ਤੋਂ ਰਜਿਸਟਰ ਚੋਂ ਵੀ ਸਾਡਾ ਨਾਮ ਕੱਟਤਾ ਕਿਉਂ ਕੱਟਿਆ ਗਿਆ ਨਾਮ ਕਹਿੰਦੇ 11 ਐਬਸੈਂਟਾਂ ਕਿਉਂ ਹੋਈਆਂ ਨੇਗੀਆਂ ਤੁਹਾਡੀਆਂ 11 ਐਬਸੈਂਟਾਂ ਦੀ ਕੋਈ ਛੁੱਟੀ ਲਈ ਸੀ ਹਾਂਜੀ ਸੁਪਰਵਾਈਜ਼ਰ ਸਰ ਨੂੰ ਅਸੀਂ ਫੋਨ ਕਰਦੇ ਰਹੇ ਹਾਂ 30 ਦਿਨ ਫੋਨ ਕਰਦੀ ਰਹੀ ਹਾਂ ਜੀ ਮੈਂ ਸ਼ੁੱਕਰਵਾਰ ਨੂੰ ਡਿਊਟੀ ਆਈ ਹਾਂ ਸ਼ੁੱਕਰਵਾਰ ਨੂੰ ਮੈਂ ਬਿਮਾਰ ਹੋਈ ਹਾਂ ਕਿ ਰਾਤ ਨੂੰ ਸ਼ਨੀਵਾਰ ਨੂੰ ਸਵੇਰੀ ਫੋਨ ਕਰਤਾ ਜਸਵੰਤ ਸਰ ਨੂੰ ਜਸਵੰਤ ਸਰ ਨੇ ਪਤਾ ਨਹੀਂ ਗਾਹਾਂ ਗੱਲ ਕਰੀ ਆ ਨਾ ਕਰੀ ਆ ਉਹ ਸਾਨੂੰ ਨਹੀਂ ਪਤਾ ਜੀ ਮੈਂ ਸ਼ੁੱਕਰਵਾਰ ਨੂੰ ਮਹਾਂ ਵੀ ਹਫਤਾ ਨਾ ਹੋ ਜੇ ਸ਼ੁੱਕਰਵਾਰ ਨੂੰ ਮੈਂ ਆ ਕੇ ਗਈ ਹਾਂਗੀ ਮਹਾਂ ਪ੍ਰਿੰਸੀਪਲ ਸਰ ਨੂੰ ਮਿਲਾ ਦਿਓ ਪ੍ਰਿੰਸੀਪਲ ਸਰ ਨੇ ਮੇਰੇ ਨਾਲ ਕੋਈ ਗੱਲ ਨਹੀਂ ਕਰੀ ਜੀ ਮੈਨੂੰ ਅੱਗੋਂ ਕਹਿੰਦੇ ਕਿ ਵੀ ਤੂੰ ਕੀ ਕਰਨ ਆਈ ਆ ਇੱਥੇ ਕਿਵੇਂ ਆ ਗਈ ਤੂੰ ਅੰਦਰ ਕਿਹਨੇ ਵਾੜਿਆ ਤੈਨੂੰ ਅੰਦਰ ਮਹਾਂ ਸਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ 3-4 ਦਿਨਾਂ ਦੀ ਵੀ ਰੈਸਟ ਚਾਹੀਦੀ ਹੈ ਮੈਨੂੰ ਵੀ ਮੈਂ ਆ ਨਹੀਂ ਸਕਦੀ ਹਲੇ ਮੈਥੋਂ ਕੰਮ ਨਹੀਂ ਹੁੰਦਾ ਕਹਿੰਦੇ ਵੀ ਠੀਕ ਆ 15 ਤਰੀਕ ਦੀ ਛੁੱਟੀ ਆ ਗਈ ਮੈਂ ਮੰਗਲਵਾਰ ਨੂੰ ਜਦੋਂ ਡਿਊਟੀ 'ਤੇ ਆਈ ਇਹਨਾਂ ਨੇ ਮੈਨੂੰ ਆਊਟ ਕਰਤਾ 1 ਘੰਟਾ ਮੈਂ ਕੰਮ ਕਰਿਆ ਗਾ ਮੈਨੂੰ ਕਹਿੰਦੇ ਵੀ ਤੈਨੂੰ ਚੰਡੀਗੜ੍ਹ ਭੇਜਾਂਗੇ ਵੀ ਜਮੈਨਗ ਦੁਬਾਰਾ ਲਿਆਉਣੀ ਪਊਗੀ ਮਹਾਂ ਕੋਈ ਨਾ ਜੀ ਭੇਜ ਦਿਓ ਮਹਾਂ ਵਗ ਜੂੰਗੀ ਨਾ ਮੈਨੂੰ ਜਮੈਨਗ ਲੈਣ ਵਾਸਤੇ ਭੇਜ ਰਹੇ ਨੇ ਨਾ ਮੈਨੂੰ ਗੇਟ 'ਤੇ ਐਂਟਰ ਕਰ ਰਹੇ ਨੇ ਸਰ ਅਸੀਂ ਇੱਥੇ ਸਫਾਈ ਦਾ ਕੰਮ ਕਰਦੇ ਹਾਂ ਸਾਡੇ 'ਤੇ ਬਹੁਤ ਜ਼ਿਆਦਾ ਅੱਤਿਆਚਾਰ ਹੋ ਰਿਹਾ ਜਿਹੜਾ ਕੰਮ ਸਾਡਾ ਕਰਨ ਵਾਲਾ ਉਹ ਤਾਂ ਸਾਨੂੰ ਕਰਨ ਹੀ ਨਹੀਂ ਦੇ ਰਹੇ ਸਾਨੂੰ ਕਹਿੰਦੇ ਨੇ ਸਿਰਫ ਘਾਹ ਵੱਢੋ ਅੱਜ ਸਵੇਰ ਦੀਆਂ ਅਸੀਂ 2 ਘੰਟੇ ਤਾਂ ਅਸੀਂ ਪਹਿਲਾਂ ਸਾਰਾ ਸਕੂਲ ਸੰਭਰ ਕੇ ਉਸ ਤੋਂ ਬਾਅਦ ਜਦੋਂ ਅਸੀਂ ਹੋਸਟਲ 'ਚ ਗਈਆਂ ਸਾਨੂੰ ਕਹਿੰਦੇ 6 ਮੰਜ਼ਿਲਾਂ ਨੇ ਸਰ ਸਾਡੇ ਇੱਥੇ 500 ਬੱਚਾ ਆਇਆ ਹੋਇਆ 500 ਬੱਚੇ ਦਾ 2 ਜਣੀਆਂ ਗੰਦ ਕਿਵੇਂ ਚੱਕ ਦੇਣਗੀਆਂ ਇੱਕ ਨਾਲ ਮੈਸ ਲਾਤੀ ਮੈਸ ਸਾਡੇ ਖਾਤੇ 'ਚ ਆਉਂਦੀ ਨਹੀਂ ਹੈਗੀ ਕਿੰਨੇ ਵਰਕਰ ਕੁੱਲ ਇੱਥੇ ਕੰਮ ਕਰਦੇ ਅਸੀਂ ਸਰ ਇੱਥੇ 8 ਲੇਡੀਜ਼ ਆ 8 'ਚੋਂ 2 ਤਾਂ ਆਊਟ ਕਰਤੀਆਂ ਸਾਡੀਆਂ 6 ਰਹਿ ਗਈਆਂ ਅਸੀਂ 6 'ਚੋਂ ਕਹਿੰਦੇ 2 ਜਣੀਆਂ ਅੰਦਰ ਸਫਾਈ ਕਰਨਗੀਆਂ 2 ਜਣੀਆਂ ਸਕੂਲ 'ਚ ਲੱਗਣਗੀਆਂ 2 ਜਣੀਆਂ ਘਾਹ 'ਤੇ ਲੱਗਣਗੀਆਂ ਸਰ ਜਿਹੜੇ ਕੰਮ ਤੇ ਸਾਨੂੰ ਹਾਂਜੀ ਅਸੀਂ ਸਰ ਇਹਨਾਂ ਨੂੰ ਇਹ ਗੱਲ ਕਹੀ ਆ ਵੀ ਸਰ ਜੇ ਸਾਥੋਂ ਕੰਮ ਕਰਾਉਣਾ ਕਿਸੇ ਢੰਗ ਨਾਲ ਕਰਾ ਲਓ ਵੀ ਅਸੀਂ ਐਵੇਂ 2 ਜਣੀਆਂ ਸਫਾਈ ਨਹੀਂ ਕਰ ਸਕਦੇ 2 ਦੇ ਹੱਥ 'ਚ ਆ ਹੀ ਨਹੀਂ ਰਿਹਾ ਕੰਮ ਬੱਚੇ ਇੰਨੇ ਨੇ ਸਰ ਉਹਨਾਂ ਦੇ ਅਸੀਂ ਡਸਟਬੀਨ ਸੁੱਟਾਂਗੇ ਕਿ ਉਹਨਾਂ ਦੇ ਵਾਸ਼ਰੂਮ ਧੋਵਾਂਗੇ ਕਿ ਅਸੀਂ ਹੋਸਟਲ 'ਚ ਪੋਚਾ ਲਾਵਾਂਗੇ ਸਰ 8 ਘੰਟੇ ਡਿਊਟੀ ਹੈ ਸਾਡੀ ਮੇਰਾ ਨਾਮ ਕਿਰਨਪਾਲ ਕੌਰ ਹੈ ਜੀ ਮੈਂ ਕਿਉਂ ਤੁਸੀਂ ਕਿਉਂ ਪ੍ਰਦਰਸ਼ਨ ਕਰ ਰਹੇ ਹੋ ਸਰ ਮੈਂ ਉਰੇ ਸਫਾਈ ਸੇਵਕ ਦਾ ਕੰਮ ਕਰਦੀ ਹਾਂ ਜੀ ਮੈਂ ਬਾਥਰੂਮ ਧੋਂਦੀ ਹੋਈ ਉਰੇ ਫਿਸਲ ਕੇ ਡਿੱਗ ਗਈ ਸੀਗੀ ਮੇਰੀ ਕਮਰ ਨੂੰ ਮੋਚ ਆ ਗਈ ਅਤੇ ਉਸ ਤੋਂ ਬਾਅਦ ਮੇਰੀ ਲੱਤਾਂ ਦੀ ਬਲੋਕਿੰਗ ਹੋ ਗਈ ਅਤੇ ਮੈਨੂੰ ਛੁੱਟੀ ਨਹੀਂ ਦੇ ਦਿੱਤੀ ਜਾ ਰਹੀ ਜੀ ਅੱਗੇ ਤੋਂ ਨਹੀਂ ਸਰ ਗੇਟ ਤੋਂ ਆਊਟ ਕੀਤਾ ਹੋਇਆ ਫਿਲਹਾਲ ਤਾਂ ਮੈਨੂੰ ਕੋਈ ਕਾਰਨ ਦੱਸਿਆ ਉਹਨਾਂ ਨੇ ਕਿੰਨੇ ਦਿਨ ਲਈ ਜਾਂ ਕੁਝ ਹੋਰ ਸਾਨੂੰ ਕਹਿੰਦੇ ਜੀ ਇੱਕ ਹਫ਼ਤੇ ਬਾਅਦ ਸਾਨੂੰ ਆਊਟ ਕੀਤਾ ਜਾਂਦਾ ਜੀ